ਦਾ 54 ਅਧਿਆਏ ਉਹਦੇ ਪਹਿਲੇ ਵਚਨ ਤੋਂ ਪੜ੍ਹੀਏ। ਯਸ਼ਾਇਆ ਦੀ ਕਿਤਾਬ 54 ਅਧਿਆਏ ਉਹਦੇ ਪਹਿਲੇ ਵਚਨ ਤੋਂ ਪੜ੍ਹਦੇ ਹਾਂ। ਹੇ ਵਾਂ ਹਾਂ ਤੂੰ ਜੋ ਨਹੀਂ ਜਾਣੀ ਹਾਂ ਜਕਾਰਾ ਗਜਾ ਬੋਲ ਕੇ ਜਕਾਰਾ ਗਜਾ ਅਤੇ ਚਿਲਾ ਤੂੰ ਜਿਸ ਨੂੰ ਪੀੜਾ ਨਹੀਂ ਲੱਗੀਆਂ ਕਿਉਂ ਜੋ ਤਿਆਗੀ ਹੋਈ ਦੇ ਬੱਚੇ ਸੁਹਾਗਣ ਦੇ ਬੱਚਿਆਂ ਨਾਲੋਂ ਵੱਧ ਹਨ। ਹਾਂ ਯਹੋਵਾ ਦਾ ਵਚਨ ਹੈ। ਬਾਈਬਲ ਦੇ ਵਿੱਚ ਲਿਖਿਆ ਆ ਹੇ ਬਾਦ ਹਾਲੇਲੂਇਆ ਇੱਥੇ ਪਰਮੇਸ਼ਵਰ ਇਜ਼ਰਾਇਲ ਨੂੰ ਆਪਣੇ ਦਾਸ ਯਸ਼ਾਇਆ ਦੇ ਦੁਆਰਾ ਤਸੱਲੀ ਦਿੰਦਾ ਆ ਜਦ ਉਹ ਗੁਲਾਮੀ ਦੇ ਵਿੱਚ ਆ, ਜਦ ਉਹ ਕਸਬ ਦੇ ਵਿੱਚ ਆ, ਦੁੱਖ ਦੇ ਵਿੱਚ ਆ। ਔਰ ਬਾਈਬਲ 'ਚ ਲਿਖਿਆ ਇੱਥੇ ਇਜ਼ਰਾਇਲ ਦੀ ਜਿਹੜੀ ਹਾਲਤ ਆ ਉਹ ਇੱਕ ਬਾਜ ਔਰਤ ਦੇ ਨਾਲ ਮਿਲਾਈ ਜਾ ਰਹੀ ਆ ਜਿਹਦੇ ਘਰ ਔਲਾਦ ਨਹੀਂ ਆ। ਔਰ ਦੁਨੀਆਂ ਦੀਆਂ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਉਹਨੂੰ ਸੁਣਨੀਆਂ ਪੈਂਦੀਆਂ ਨੇ, ਮੁਸ਼ਕਲ ਹਾਲਾਤਾਂ ਦੇ ਵਿੱਚੋਂ ਉਹਨੂੰ ਗੁਜ਼ਰਨਾ ਪੈਂਦਾ ਆ, ਇੱਕ ਬੋਝ ਜਿਹੜਾ ਹਮੇਸ਼ਾ ਉਹਦੇ ਸੀਨੇ 'ਤੇ ਬਣਿਆ ਰਹਿੰਦਾ ਆ। ਹਾਲੇਲੂਇਆ। ਔਰ ਕਲਾਮ ਲਿਖਿਆ ਇਜ਼ਰਾਇਲ ਦੀ ਹਾਲਤ ਇੱਦਾਂ ਦੀ ਆ। ਅੱਜ ਵੀ ਬਹੁਤ ਸਾਰੇ ਮੇਰੇ ਭੈਣ ਮੇਰੇ ਭਰਾ ਇਹੋ ਜਿਹੇ ਹਾਲਾਤਾਂ ਦੇ ਵਿੱਚ ਆ ਜਿਹਦਾ ਜ਼ਿਕਰ ਖੁਦਾ ਦਾ ਕਲਾਮ ਇੱਥੇ ਇੱਕ ਬਾਜ ਔਰਤ ਦੇ ਵਾਂਗ ਕਰਦਾ ਆ। ਕਲਾਮ 'ਚ ਲਿਖਿਆ ਤੂੰ ਜੋ ਹਜੇ ਤੱਕ ਜਣੀ ਨਹੀਂ ਆ, ਹਾਲੇਲੂਇਆ, ਤੈਨੂੰ ਹਜੇ ਉਹ ਆਨੰਦ ਉਹ ਖੁਸ਼ੀ ਨਹੀਂ ਮਿਲੀ ਜੋ ਇੱਕ ਨਵ ਜੰਮੇ ਹੋਏ ਬੱਚੇ ਨੂੰ ਦੇਖ ਕੇ ਮਿਲਦੀ ਆ। ਹਾਲੇਲੂਇਆ। ਮੈਡੀਕਲ ਸਾਇੰਸ ਇਸ ਤਰ੍ਹਾਂ ਆਖਦੀ ਆ ਕਿ ਜਦ ਇੱਕ ਔਰਤ ਬੱਚੇ ਨੂੰ ਜਨਮ ਦਿੰਦੀ ਆ ਇਹ 206 ਹੱਡੀਆਂ ਦੀਆਂ ਤੜਕ ਜਾਂਦੀਆਂ ਨੇ, ਪੂਰੇ ਸਰੀਰ ਦਾ ਢਾਂਚਾ ਜਿਹੜਾ ਆ ਵਾ ਹਿੱਲ ਜਾਂਦਾ ਹੈ, ਉਹਦਾ ਸਰੀਰ ਦਾ ਜਿਹੜਾ ਬੋਡੀ ਦਾ ਸਟਰਕਚਰ ਆ ਸਾਰਾ ਖਰਾਬ ਹੋ ਜਾਂਦਾ ਹੈ, ਮੌਤ ਤੱਕ ਚਲੀ ਜਾਂਦੀ ਹੈ। ਪਰ ਜਦੋਂ ਉਹ ਬੱਚੇ ਨੂੰ ਦੇਖਦੀ ਆ ਉਹਦੇ ਮੁੱਖ ਨੂੰ ਦੇਖਦੀ ਆ ਤੇ ਉਹਨੂੰ ਆਪਣਾ ਸਾਰਾ ਦਰਦ ਸਾਰੀ ਤਕਲੀਫ ਸਾਰਾ ਕਸ਼ਟ ਉਹਨੂੰ ਭੁੱਲ ਜਾਂਦਾ ਹੈ। ਹਾਲੇਲੂਇਆ। ਹਾਲੇਲੂਇਆ। ਬਾਈਬਲ ਦੇ ਵਿੱਚ ਅਸੀਂ ਦੇਖਦੇ ਹਾਂ ਹਵਾ ਦੇ ਪਾਪ ਕਰਨ ਦਾ ਕਰਕੇ, ਹਵਾ ਦੇ ਗੁਨਾਹ ਕਰਨ ਦਾ ਕਰਕੇ, ਗਲਤੀ ਕਰਨ ਦਾ ਕਰਕੇ ਪਰਮੇਸ਼ੁਰ ਨੇ ਉਹਨੂੰ ਇਹ ਸਜ਼ਾ ਦਿੱਤੀ ਕਿ ਤੂੰ ਬਹੁਤ ਦਰਦ ਦੇ ਨਾਲ ਬੜੀ ਪੀੜਾ ਦੇ ਨਾਲ ਬੱਚੇ ਨੂੰ ਜਨਮ ਦੇਵੇਗੀ ਔਰ ਬੱਚੇ ਨੂੰ ਜਨਮ ਦੇਣ ਦੇ ਦੁਆਰਾ ਤੇਰਾ ਵੀ ਨਵਾਂ ਜਨਮ ਹੋਵੇਗਾ। ਹਾਲੇਲੂਇਆ। ਅਸੀਂ ਦੇਖਦੇ ਬਹੁਤ ਸਾਰੀਆਂ ਔਰਤਾਂ ਬਹੁਤ ਸਾਰੀਆਂ ਮਾਵਾਂ ਕਈ ਵਾਰ ਇਹ ਕਸ਼ਟ ਇੰਨਾ ਦੁੱਖ ਇੰਨਾ ਵੱਧ ਜਾਂਦਾ ਬਰਦਾਸ਼ਤ ਨਹੀਂ ਹੁੰਦਾ ਅਤੇ ਉਹ ਬੱਚੇ ਨੂੰ ਜਨਮ ਦਿੰਦੀਆਂ ਸਾਰੀ ਤੁਰ ਜਾਂਦੀਆਂ ਵੇਖ ਵੀ ਨਹੀਂ ਪਾਉਂਦੀਆਂ। ਪਰ ਬਾਈਬਲ ਦੇ ਵਿੱਚ ਲਿਖਿਆ ਕਲਾਮ ਲਿਖਿਆ ਕਹਿੰਦਾ ਬੱਚੇ ਨੂੰ ਜਨਮ ਦੇਣ ਦੇ ਦੁਆਰਾ ਤੈਨੂੰ ਵੀ ਜਨਮ ਮਿਲੇਗਾ ਨਵਾਂ ਜੀਵਨ ਮਿਲੇਗਾ। ਹਾਲੇਲੂਇਆ। ਹਾਲੇਲੂਇਆ। ਉਹ ਵੀ ਮੌਤ ਨੂੰ ਮੌਤ ਦੇ ਦਰਵਾਜ਼ੇ ਤੋਂ ਹੋ ਕੇ ਵਾਪਸ ਆਉਂਦੀ ਹੈ। ਹਾਲੇਲੂਇਆ। ਇਕੱਲੇ ਬੱਚੇ ਦਾ ਜਨਮ ਨਹੀਂ ਹੁੰਦਾ ਮਾਂ ਦਾ ਵੀ ਇੱਕ ਦੁਬਾਰਾ ਜਨਮ ਹੋ ਜਾਂਦਾ। ਹਾਲੇਲੂਇਆ। ਪਰ ਬਾਈਬਲ ਦੇ ਵਿੱਚ ਲਿਖਿਆ ਕਲਾਮ 'ਚ ਲਿਖਿਆ ਆ ਜਦੋਂ ਉਹ ਆਪਣੇ ਨਵੇਂ ਜੰਮੇ ਹੋਏ ਬਾਲਕ ਨੂੰ ਵੇਖਦੀ ਆ ਉਹਦਾ ਸਾਰਾ ਕਸ਼ਟ ਉਹਨੂੰ ਭੁੱਲ ਜਾਂਦਾ ਹੈ, ਉਹ ਬੱਚੇ ਦੀ ਖੁਸ਼ੀ ਉਹਦਾ ਚਾਅ ਇੰਨਾ ਹੁੰਦਾ ਆ ਕਿ ਉਹਨੂੰ ਆਪਣਾ ਦਰਦ ਭੁੱਲ ਜਾਂਦਾ ਹੈ, ਆਪਣਾ ਉਹ ਦੁੱਖ ਦਾ ਸਮਾਂ ਭੁੱਲ ਜਾਂਦਾ ਹੈ। ਇੱਥੇ ਕਲਾਮ 'ਚ ਲਿਖਿਆ ਕਹਿੰਦਾ ਤੂੰ ਜੋ ਬਾਂਝ ਆ ਜੋ ਹਜੇ ਤੱਕ ਨਹੀਂ ਜੜੀ ਆ ਉਸ ਆਨੰਦ ਨੂੰ ਉਸ ਖੁਸ਼ੀ ਨੂੰ ਹਜੇ ਤੱਕ ਤੂੰ ਲਿਆ ਨਹੀਂ ਆ, ਤੂੰ ਵੇਖਿਆ ਨਹੀਂ ਆ। ਕਲਾਮ ਦੱਸਦਾ ਆ, ਬਾਈਬਲ ਦੱਸਦੀ ਆ ਇਜ਼ਰਾਇਲ ਦੀ ਹਾਲਤ ਇੱਦਾਂ ਦੀ ਹੋ ਚੁੱਕੀ ਆ। ਅੱਜ ਬਹੁਤ ਸਾਰੀਆਂ ਕਲੀਸੀਆਂ ਵਾ ਬਹੁਤ ਸਾਰੇ ਪਰਿਵਾਰਾਂ ਦੀ ਹਾਲਤ ਇੱਦਾਂ ਦੀ ਹੋ ਚੁੱਕੀ ਆ, ਦਿਨ ਬ ਦਿਨ ਉਹਨਾਂ ਦਾ ਡਾਊਨ ਫਾਲ ਚੱਲਦਾ ਆ, ਦਿਨ ਬ ਦਿਨ ਉਹ ਥੱਲੇ ਨੂੰ ਜਾਈ ਜਾਂਦੇ ਆ ਪਿਛਾਂ ਨੂੰ ਜਾਈ ਜਾਂਦੇ ਆ। ਪਰ ਖੁਦਾ ਆਪਣੇ ਵਚਨ ਦੇ ਦੁਆਰਾ ਇੱਥੇ ਆਖਦਾ ਆ ਕਿ ਛੁੱਟਣ ਦੇ ਬੱਚੇ ਜਿਹੜੇ ਨੇ
ਉਹ ਸੁਹਾਗਣ ਦੇ ਬੱਚਿਆਂ ਨਾਲੋਂ ਜ਼ਿਆਦਾ ਹੋਣ। ਹਾਲੇਲੂਇਆ ਹਾਲੇਲੂਇਆ। ਬਾਈਬਲ ਵਿੱਚ ਲਿਖਿਆ ਵਿਧਵਾ ਦੇ ਬਾਰੇ, ਕਹਿੰਦਾ ਤੂੰ ਨਹੀਂ ਜਾਣਦੀ ਤੇਰਾ ਪਰਮੇਸ਼ੁਰ ਤੇਰਾ ਕਰਤਾਰ ਹੈ। ਹਾਲੇਲੂਇਆ ਹਾਲੇਲੂਇਆ। ਬੇਸ਼ੱਕ ਸੰਸਾਰ ਦੀ ਨਜ਼ਰ ਦੇ ਵਿੱਚ ਤੂੰ ਵਿਧਵਾ ਆ, ਤੇਰਾ ਕੋਈ ਆਸਰਾ ਨਹੀਂ ਹੈ, ਤੇਰਾ ਕੋਈ ਵਾਲੀ ਵਾਰਸ ਨਹੀਂ ਆ, ਪਰ ਉਹ ਯਹੋਵਾ ਤੇਰਾ ਕਰਤਾਰ ਆ, ਤੇਰਾ ਚਲਾਉਣ ਵਾਲਾ ਆ। ਹਾਲੇਲੂਇਆ। ਤੇਰੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਾਲਾ ਹੈ। ਔਰ ਸਾਰਪਤੀ ਵਿਧਵਾ ਸਭ ਤੋਂ ਵੱਡੀ ਉਦਾਹਰਣ ਹੈ ਇਸ ਚੀਜ਼। ਹਾਲੇਲੂਇਆ। ਖੁਦਾ ਨੇ ਉਹ ਆਪ ਉਹਦੇ ਲਈ 3.5 ਸਾਲ ਦੇ ਕਾਲ ਦੇ ਵਿੱਚ ਗੁਰਦਾਨ ਕੀਤਾ ਹੈ। ਹਾਲੇਲੂਇਆ। ਬਾਈਬਲ ਦੇ ਵਿੱਚ ਲਿਖਿਆ ਆ, ਕਲਾਮ 'ਚ ਲਿਖਿਆ ਆ, ਅਸੀਂ ਪੜ੍ਹਦੇ ਹਾਂ, ਇਹਦਾ ਦੋ ਵਚਨ ਪੜ੍ਹੀਏ। ਆਪਣੇ ਆਪਣੇ ਤੰਬੂ ਦੇ ਥਾਂ ਨੂੰ ਚੌੜਾ ਕਰ, ਉਹ ਆਪਣੇ ਵਾਸਾ ਦੇ ਪਰਦੇ ਤਾਨਣ, ਤੂੰ ਸਰਫਾ ਨਾ ਕਰ, ਆਪਣੀਆਂ ਰੱਸੀਆਂ ਲੰਮੀਆਂ ਤੇ ਆਪਣੇ ਕਿਲਿਆਂ ਨੂੰ ਤਕੜਾ ਕਰ। ਬਾਈਬਲ ਦੇ ਵਿੱਚ ਲਿਖਿਆ ਆਪਣੇ ਤੰਬੂਆਂ ਦੇ ਥਾਂ ਨੂੰ ਕੀ ਕਰ, ਚੌੜਾ। ਇਹ ਵਿਸ਼ਵਾਸ ਦੀ ਨੀਂਹ ਆ। ਹਾਲੇਲੂਇਆ ਹਾਲੇਲੂਇਆ। ਬਾਈਬਲ 'ਚ ਲਿਖਿਆ ਹੈ ਜਿੱਦਾਂ ਦਾ ਤੇਰਾ ਵਿਸ਼ਵਾਸ ਆ ਤੇ ਉਦਾਂ ਦਾ ਤੇਰੇ ਲਈ ਹੋ ਜਾਵੇਗਾ। ਹਾਲੇਲੂਇਆ। ਮੈਂ ਇੱਕ ਪਰਮੇਸ਼ੁਰ ਦੇ ਦਾਸ ਦੀ ਗਵਾਹੀ ਸੁਣ ਰਿਹਾ ਸੀਗਾ, ਉਹ ਆਪਣੇ ਜੀਵਨ ਦੀ ਗਵਾਹੀ ਦੱਸ ਰਹੇ ਸੀਗੇ। ਕਹਿੰਦੇ ਮੈਂ ਜਦੋਂ ਸੇਵਾ ਕਰਨੀ ਸ਼ੁਰੂ ਕੀਤੀ, ਕਲੀਸੀਆ ਮੇਰੇ ਕੋਲ ਆਈ ਔਰ ਬੈਠਣ ਦੀ ਜਗ੍ਹਾ ਘੱਟ ਸੀਗੀ, ਮੈਂ ਖੁਦਾ ਦੇ ਕੇ ਦੁਆ ਕਰਦਾ ਹੁੰਦਾ ਸੀਗੇ ਪ੍ਰਭੂ ਸਾਨੂੰ ਇੱਕ ਵਧੀਆ ਜਿਹਾ ਭਵਨ ਦੇ, ਕਿਉਂਕਿ ਲੋਕ ਜ਼ਿਆਦਾ ਨੇ, ਜਗ੍ਹਾ ਘੱਟ ਆ। ਔਰ ਦੂਸਰੀ ਗੱਲ, ਜਦੋਂ ਬਾਰਿਸ਼ ਆਉਂਦੀ ਆ ਜਾਂ ਧੁੱਪ ਜ਼ਿਆਦਾ ਹੁੰਦੀ ਆ ਤਾਂ ਸਾਨੂੰ ਬੜੀ ਮੁਸ਼ਕਲ ਹੁੰਦੀ ਆ। ਉਹ ਸਾਡੇ ਲਈ ਵੀ ਕੋਈ ਪੱਕੀ ਬਿਲਡਿੰਗ ਹੋਵੇ। ਕਹਿੰਦਾ ਮੈਂ ਦੁਆ ਕਰਦਾ ਸੀਗਾ, ਇੱਕ ਦਿਨ ਮੈਨੂੰ ਜ਼ਮੀਨ ਖਰੀਦਣ ਦਾ ਮੌਕਾ ਮਿਲਿਆ। ਪਰਮੇਸ਼ੁਰ ਨੇ ਐਸਾ ਇੰਤਜ਼ਾਮ ਕੀਤਾ, ਕੋਈ ਬੰਦਾ ਆਇਆ ਕਹਿੰਦਾ ਜੀ ਮੈਂ ਜ਼ਮੀਨ ਵੇਚਣੀ ਆ, ਮੈਂ ਸੁਣਿਆ ਤੁਸੀਂ ਜ਼ਮੀਨ ਲੈਣੀ ਆ। ਉਹ ਕਹਿੰਦਾ ਜੀ ਲੈਣੀ ਜ਼ਰੂਰ ਆ। ਚਲੇ ਗਏ ਜ਼ਮੀਨ ਵੇਖਣ। ਕਹਿੰਦਾ ਮੈਂ ਜਦੋਂ ਜ਼ਮੀਨ ਵੇਖੀ, ਗੱਲਬਾਤ ਹੋਈ ਪੈਸੇ ਦੀ, ਸੌਦਾ ਪੱਕਾ ਹੋ ਗਿਆ। ਕਹਿੰਦੇ ਪਾਜ ਸਾਹਿਬ ਕੋਈ ਸਾਈ ਦੀ ਲੋੜ ਨਹੀਂ ਆ, ਕੋਈ ਬਿਆਨੇ ਦੀ ਲੋੜ ਨਹੀਂ, ਸਾਨੂੰ ਤੁਹਾਡੇ 'ਤੇ ਵਿਸ਼ਵਾਸ ਆ, ਹੁਣ ਜਦੋਂ ਤੁਹਾਡੇ ਕੋਲ ਰਕਮ ਹੋਏਗੀ ਉਦੋਂ ਆ ਕੇ ਸਾਨੂੰ ਦੇ ਦਿਓ। ਕਹਿੰਦਾ ਉਹਨੂੰ ਮੈਂ ਇਹ ਗੱਲ ਤਾਂ ਕਹਿ ਦਿੱਤੀ, ਚਲੋ ਮੁੱਕ ਗਈ, ਉਹ ਚਲਾ ਗਿਆ। ਮੇਰੀ ਜੇਬ ਦੇ ਵਿੱਚ ਸਿਰਫ 2 ਰੁਪਈਏ ਸੀ। ਮੈਂ 2 ਰੁਪਈਆਂ ਦਾ ਸਿੱਕਾ ਕੱਢਿਆ, ਹੱਥ 'ਚ ਲਿਆ ਅਤੇ ਮੈਂ ਦੁਆ ਕੀਤੀ ਕਿ ਪ੍ਰਭੂ ਜਿਸ ਤਰ੍ਹਾਂ ਤੋਂ 5,000 ਦੇ ਲਈ 5 ਰੋਟੀਆਂ ਅਤੇ 2 ਮੱਛੀਆਂ ਦੇ ਵਿੱਚ ਬਰਕਤ ਪਾ ਕੇ ਉਹਨੂੰ ਵਧਾ ਦਿੱਤਾ ਸੀਗਾ, ਮੇਰੇ ਕੋਲ ਅੱਜ 2 ਰੁਪਈਏ ਆ। ਹਾਲੇਲੂਇਆ। ਅਤੇ ਅੱਜ ਉਹੀ ਵਚਨ ਮੇਰੀ ਜ਼ਿੰਦਗੀ 'ਚ ਪੂਰਾ ਕਰ, ਇਹ 2 ਨੂੰ ਵੀ ਵਧਾ ਦੇ। ਹਾਲੇਲੂਇਆ। ਕਹਿੰਦਾ ਮੈਂ ਦੁਆ ਕਰਕੇ ਔਰ ਉਹਦਾ 2 ਦਾ ਸਿੱਕਾ ਸੀਗਾ ਉਹਨੂੰ ਵਿਸ਼ਵਾਸ ਨਾਲ ਉਸੇ ਜ਼ਮੀਨ 'ਚ ਦੱਬ ਦਿੱਤਾ ਕਿ ਇਹ ਹੁਣ ਮੇਰੀ ਹੋ ਗਈ ਹੈ। ਵਿਸ਼ਵਾਸ ਨਾਲ ਦੱਬ ਦਿੱਤਾ ਕਿ ਖੁਦਾ ਨੇ ਮੈਨੂੰ ਦੇ ਦਿੱਤੀ ਆ। ਹਾਲੇਲੂਇਆ। ਇਹ ਮੈਨੂੰ ਮਿਲ ਗਈ ਆ। ਔਰ ਕਲਾਮ 'ਚ ਲਿਖਿਆ, ਉਹ ਦੱਸ ਰਿਹਾ ਸੀਗਾ, ਕਹਿੰਦਾ ਮੈਂ ਸਿੱਕਾ ਦੱਬ ਕੇ ਘਰ ਚਲਾ ਗਿਆ ਅਤੇ ਮੈਂ ਦੁਬਾਰਾ ਉਸ ਵਿਸ਼ੇ ਦੀ ਦਵਾਈ ਨਹੀਂ ਕੀਤੀ ਅਤੇ ਮੈਂ ਖੁਦਾ ਤੂੰ ਮੈਨੂੰ ਦੇ ਦਿੱਤੀ ਆ। ਹੁਣ ਮੈਂ ਨਹੀਂ ਕਹਿਣਾ ਮੈਨੂੰ ਜ਼ਮੀਨ ਦੇ ਜਾਂ ਮੈਨੂੰ ਪੈਸੇ ਦੇ, ਮੈਨੂੰ ਪਤਾ ਤੂੰ ਦੇ ਦਿੱਤੀ ਆ। ਔਰ ਕਹਿੰਦਾ ਐਸੇ ਹੀ ਖੁਦਾ ਦੀ ਦਇਆ ਹੋਈ, ਕਿਉਂਕਿ ਗੱਲ ਵਿਸ਼ਵਾਸ ਦੀ ਆ। ਮੈਂ ਬਾਈਬਲ ਵਿਸ਼ਵਾਸ ਦੇ ਉੱਤੇ ਸਾਨੂੰ ਦੱਸਦੀ ਆ, ਵਿਸ਼ਵਾਸੀਆਂ ਦੀਆਂ ਕਹਾਣੀਆਂ ਵਿਸ਼ਵਾਸੀਆਂ ਦੀਆਂ ਗਵਾਹੀਆਂ ਦੇ ਵਿੱਚ ਆ। ਕਹਿੰਦਾ ਮੈਂ ਦੁਆ ਨਹੀਂ ਕੀਤੀ, ਮੈਂ ਵਿਸ਼ਵਾਸ ਕਰਦਾ ਕਿ ਖੁਦਾ ਨੇ ਦੇ ਦਿੱਤੀ ਆ, ਹੁਣ ਉਹ ਆਪਣੀ ਹੈ, ਉੱਥੇ ਭਵਨ ਬਣੇਗਾ। ਪਰਮੇਸ਼ੁਰ ਨੇ ਇੱਕ ਹਫ਼ਤੇ ਦੇ ਬਾਅਦ ਕੋਈ NRI ਵਿਸ਼ਵਾਸੀ ਭਰਾ ਸੀਗਾ, ਉਹਦੇ ਮਨ ਨੂੰ ਪ੍ਰੇਰਿਆ, ਮੇਰੇ ਨਾਲ ਕਹਿੰਦਾ ਪਾਜੀ ਸਾਹਿਬ ਮੈਨੂੰ ਪਤਾ ਲੱਗਾ ਤੁਸੀਂ ਜ਼ਮੀਨ ਲੈ ਲਈ ਆ। ਕਹਿੰਦਾ ਹਾਂਜੀ ਲੈ ਲਈ ਆ। ਉਹ ਕਹਿੰਦਾ ਪਰ ਜਿਨ੍ਹਾਂ ਕੋਲ ਲਈ ਆ ਉਹਨਾਂ ਨਾਲ ਮੈਂ ਗੱਲ ਕੀਤੀ, ਉਹ ਕਹਿੰਦੇ ਅਜੇ ਤੱਕ ਉਹਨਾਂ ਨੇ ਸਾਨੂੰ ਕੁਛ ਵੀ ਨਹੀਂ ਦਿੱਤਾ, ਅਜੇ ਤਾਂ ਸਿਰਫ ਜ਼ਬਾਨੀ ਗੱਲ ਹੋ ਰਹੀ ਆ ਸਾਡੀ, ਰਕਮ ਤਾਂ ਕੋਈ ਆਈ ਨਹੀਂ, ਤਾਂ ਤੁਸੀਂ ਰਕਮ ਕਿਉਂ ਨਹੀਂ ਦਿੱਤੀ? ਕਹਿੰਦਾ ਮੈਂ ਕਿਹਾ ਉਹ ਖੁਦਾ ਜਦੋਂ ਸਮਾਂ ਲਿਆਏਗਾ ਤਾਂ ਰਕਮ ਵੀ ਦਿੱਤੀ ਜਾਏਗੀ। ਕਹਿੰਦਾ ਉਹਨੂੰ ਗੱਲ ਸਮਝ ਆਏਗੀ। ਕਹਿੰਦਾ ਤਾਂ ਮੈਨੂੰ ਲੱਗਦਾ ਤੁਹਾਡੇ ਕੋਲ ਅਜੇ ਹੈ ਨਹੀਂ। ਕਹਿੰਦਾ ਜੀ ਮੇਰੇ ਕੋਲ ਜੋ ਹੈਗਾ ਸੀ ਮੈਂ ਉੱਥੇ ਬੀਜ ਆਇਆ, ਕਹਿੰਦਾ ਸਾਰੀ ਗੱਲ ਤੁਹਾਨੂੰ ਸਮਝਾਈ, ਮੈਨੂੰ ਕਹਿੰਦਾ ਜੋ ਤੁਸੀਂ ਬੀਜਿਆ
ਉਹਨਾਂ ਨੂੰ ਵੱਢਣ ਦਾ ਸਮਾਂ ਆ ਗਿਆ। ਚਲੋ ਆਪਾਂ ਚੱਲਦੇ ਹਾਂ, ਜਿੰਨਾ ਤੁਸੀਂ ਪੈਸਾ ਰਕਮ ਤੈਅ ਕੀਤੀ ਆ ਉਹ ਮੈਂ ਦੇਵਾਂਗਾ। ਹਾਲੇਲੂਇਆ। ਇਸ ਤਰ੍ਹਾਂ ਇੱਕ ਹਫ਼ਤੇ 'ਚ ਕਹਿੰਦਾ ਖੁਦਾ ਨੇ ਮੈਨੂੰ ਜ਼ਮੀਨ ਦਿੱਤੀ, ਪੈਸੇ ਦੇਣ ਵਾਲੇ ਦਾ ਵੀ ਇੰਤਜ਼ਾਮ ਕੀਤਾ, ਮੇਰੇ ਕੋਲ ਘੱਲਿਆ। ਹਾਲੇਲੂਇਆ। ਕਿਉਂਕਿ ਮੈਂ ਵਿਸ਼ਵਾਸ ਨਾਲ ਦੋਵਾਂ ਦਾ ਸਿੱਕਾ ਉੱਥੇ ਬੀਜ ਦਿੱਤਾ, ਉਹ ਵਧਿਆ, ਫਲਵੰਤ ਹੋਇਆ, ਵੱਡਾ ਫਲ ਮਿਲਿਆ ਅਤੇ ਅੱਜ ਮੇਰੇ ਕੋਲ ਚਰਚ ਬਿਲਡਿੰਗ ਹੈ। ਹਾਲੇਲੂਇਆ, ਹਾਲੇਲੂਇਆ। ਕਲਾਮ ਲਿਖਿਆ ਕਹਿੰਦਾ ਆਪਣੇ ਤੰਬੂਆਂ ਨੂੰ ਚੌੜਾ ਕਰ, ਵਿਸ਼ਵਾਸ ਦੇ ਨਾਲ ਆਪਣੀਆਂ ਹੱਥਾਂ ਨੂੰ ਵਧਾ। ਹਾਲੇਲੂਇਆ। ਖੁਦਾ ਦੇ ਅੱਗੇ ਆਪਣਾ ਦਰਸ਼ਨ, ਆਪਣਾ ਵਿਜ਼ਨ ਜਿਹੜਾ ਆ ਛੋਟਾ ਨਾ ਰੱਖੋ, ਅਤੇ ਪ੍ਰਭੂ ਇੱਕ ਕਮਰਾ ਹੀ ਦੇ ਦੇ ਬਸ ਬਹੁਤ ਹੈ, ਇੰਨੀ ਕੁ ਜਗ੍ਹਾ ਸਾਨੂੰ ਦੇ ਦੇ ਬਹੁਤ ਹੈ, ਆਪਣੇ ਦਰਸ਼ਨ ਨੂੰ ਵੱਡਾ ਰੱਖੀਏ। ਹਾਲੇਲੂਇਆ। ਕਿਉਂਕਿ ਕਲਾਮ 'ਚ ਲਿਖਿਆ ਸਾਡਾ ਖੁਦਾ ਜੀ ਦੀ ਅਸੀਂ ਸੇਵਾ ਕਰਦੇ ਬਹੁਤ ਵੱਡਾ ਹੈ। ਹਾਲੇਲੂਇਆ। ਔਰ ਬਾਈਬਲ ਦੱਸਦੇ ਉਹਦੇ ਕੰਮ ਵੀ ਵੱਡੇ ਆ। ਹਾਲੇਲੂਇਆ। ਬਾਈਬਲ 'ਚ ਲਿਖਿਆ ਜੋ ਮਨੁੱਖਾਂ ਦੇ ਕੋਲੋਂ ਨਹੀਂ ਹੋ ਸਕਦਾ ਪਰਮੇਸ਼ੁਰ ਕੋਲੋਂ ਹੋ ਸਕਦਾ ਹੈ। ਕਲਾਮ 'ਚ ਲਿਖਿਆ ਕਹਿੰਦਾ ਆਪਣੇ ਤੰਬੂਆਂ ਨੂੰ ਚੌੜਾ ਕਰ, ਆਪਣੇ ਵਾਸਾਂ ਦੇ ਪਰਦੇ ਤਾਣ ਤੂੰ ਸਰਫਾ ਨਾ ਕਰ। ਹਾਲੇਲੂਇਆ। ਕਿਸੇ ਵੀ ਗੱਲ ਦਾ ਸਰਫਾ ਨਾ ਕਰ, ਖਾਸ ਕਰਕੇ ਦੁਆ ਦੇ ਵਿੱਚ, ਰੋਜ਼ੇ ਰੱਖਣ ਦੇ ਵਿੱਚ, ਬੀਜਣ ਦੇ ਵਿੱਚ, ਸੇਵਾ ਦੇ ਵਿੱਚ, ਵਚਨ ਨੂੰ ਪੂਰਾ ਕਰਨ ਦੇ ਵਿੱਚ ਕਿਸੇ ਵੀ ਗੱਲ ਦਾ ਸਰਫਾ ਨਾ ਕਰ। ਹਾਲੇਲੂਇਆ। ਖੁਦਾ ਦੇ ਅੱਗੇ ਖੁੱਲ੍ਹੇ ਦਿਲ ਦਾ ਬੀਜ, ਇਹ ਬਾਈਬਲ 'ਚ ਲਿਖਿਆ ਦਿਓ ਅਤੇ ਤੁਹਾਨੂੰ ਦਿੱਤਾ ਜਾਵੇਗਾ। ਵਚਨ ਕਹਿੰਦਾ ਜਿਹੜਾ ਰੋਂਦੇ ਹੋਏ ਬੀਜਦੇ ਨੇ ਇੱਕ ਦਿਨ ਜੈਕਾਰਿਆਂ ਦੇ ਨਾਲ ਵੱਢਣਗੇ। ਹਾਲੇਲੂਇਆ। ਖੁਸ਼ੀ ਦੇ ਜੈਕਾਰਿਆਂ ਨਾਲ ਵੱਢਣਗੇ। ਹਾਲੇਲੂਇਆ। ਬਾਈਬਲ 'ਚ ਲਿਖਿਆ ਕਿ ਕਲਾਮ 'ਚ ਅਸੀਂ ਦੇਖਦੇ ਹਾਂ ਪਰਮੇਸ਼ੁਰ ਨੇ ਵਿਸ਼ਵਾਸੀਆਂ ਦੇ ਲਈ 7000 ਤੋਂ ਵੀ ਵੱਧ ਬਰਕਤ ਦੇ ਵਾਧੇ ਦੇ, ਉਹਨਾਂ ਦੀ ਬੜੋਤਰੀ ਦੇ ਵਾਅਦੇ ਕੀਤੇ ਹੋਏ। ਹਾਲੇਲੂਇਆ। ਇਹ ਬਾਈਬਲ ਭਰੀ ਪਈ ਆ ਖੁਦਾ ਦੇ ਵਾਅਦਿਆਂ ਦੇ ਨਾਲ, ਔਰ ਬਾਣੀ ਦੱਸਦੀ ਆ ਪਰਮੇਸ਼ੁਰ ਦੇ ਸਭ ਵਾਅਦੇ ਹਾਂ ਔਰ ਆਮੀਨ ਦੇ ਵਿੱਚ। ਹਾਲੇਲੂਇਆ। ਆਮੀਨ ਜਦੋਂ ਅਸੀਂ ਕਹਿੰਦੇ ਨਾ ਆਮੀਨ, ਆਮੀਨ ਦਾ ਮਤਲਬ ਆ ਜੋ ਅਸੀਂ ਮੰਗਿਆ ਸਾਨੂੰ ਮਿਲ ਗਿਆ, ਉਹ ਅਸੀਂ ਲੈ ਲਿਆ, ਪੂਰਾ ਹੋ ਗਿਆ। ਹਾਲੇਲੂਇਆ। ਜੋ ਦੁਆ ਅਸੀਂ ਕੀਤੀ ਉਹ ਸੁਣੀ ਗਈ ਆ। ਆਮੀਨ ਦਾ ਮਤਲਬ ਇਹ ਆ, ਕਈ ਵਾਰੀ ਅਸੀਂ ਆਮੀਨ ਤੇ ਕਰਦੇ ਹਾਂ ਪਰ ਮਨ 'ਚ ਫਿਰ ਉਹੀ ਸ਼ੱਕ ਹੁੰਦਾ ਬਸ ਜੀ ਹੋਵੇਗਾ ਕਿ ਨਹੀਂ, ਇਹਦਾ ਮਤਲਬ ਤੁਹਾਨੂੰ ਆਮੀਨ ਦਾ ਮਤਲਬ ਸਮਝ ਨਹੀਂ ਆਇਆ ਜਾਂਦਾ। ਹਾਲੇਲੂਇਆ। ਆਮੀਨ ਦਾ ਮਤਲਬ ਦੁਆ ਦਾ ਐਂਡ ਨਹੀਂ ਹੁੰਦਾ ਆ, ਆਮੀਨ ਦਾ ਮਤਲਬ ਇਹ ਹੁੰਦਾ ਹੈ ਕਿ ਜੋ ਕੁਝ ਅਸੀਂ ਤੇਰੇ ਅੱਗੇ ਰੱਖਿਆ ਆ ਜਾਂ ਜੋ ਮੰਗਿਆ ਆ ਉਹ ਸਾਨੂੰ ਮਿਲ ਗਿਆ ਆ। ਹਾਲੇਲੂਇਆ। ਤਾਂ ਜਦੋਂ ਤੁਸੀਂ ਆਮੀਨ ਕਹਿਤਾ ਤਾਂ ਫਿਰ ਸ਼ੱਕ ਨਹੀਂ ਕਰਨਾ। ਹਾਲੇਲੂਇਆ। ਬਾਈਬਲ 'ਚ ਲਿਖਿਆ ਸ਼ੱਕ ਕਰਨ ਵਾਲੇ ਇਨਸਾਨਾਂ ਨੂੰ ਖੁਦਾ ਪਸੰਦ ਨਹੀਂ ਕਰਦਾ ਆ। ਹਾਲੇਲੂਇਆ। ਉਹਨੇ ਚੇਲਿਆਂ ਨੂੰ ਝਿੜਕਿਆ, ਕਹਿੰਦਾ ਇਹ ਥੋੜ੍ਹੀ ਪ੍ਰਤੀਤ ਵਾਲਿਓ, ਘੱਟ ਵਿਸ਼ਵਾਸ ਵਾਲਿਓ, ਮੈਂ ਕਦ ਤੱਕ ਤੁਹਾਡੀਆਂ ਸਹਿੰਦਾ ਰਹਾਂਗਾ। ਹਾਲੇਲੂਇਆ। ਬਾਣੀ 'ਚ ਲਿਖਿਆ ਜੇ ਤੇਰੇ ਵਿੱਚ ਰਾਈ ਦੇ ਦਾਣੇ ਜਿੰਨਾ ਛੋਟਾ ਜਿਹਾ ਵੀ ਵਿਸ਼ਵਾਸ ਆ, ਸਰੋਂ ਦੇ ਦਾਣੇ ਜਿੰਨਾ ਛੋਟਾ ਜਿਹਾ ਵੀ ਵਿਸ਼ਵਾਸ ਆ, ਇਸ ਪਹਾੜ ਨੂੰ ਵੀ ਕਹੇਗਾ ਉੱਥੋਂ ਹਟ ਜਾ ਤੇ ਉਹ ਵੀ ਹਟ ਜਾਵੇਗਾ। ਹਾਲੇਲੂਇਆ। ਗੱਲ ਤਾਂ ਵਿਸ਼ਵਾਸ ਦੀ ਆ, ਗੱਲ ਇਮਾਨ ਦੀ ਆ। ਬਾਈਬਲ ਦੇ ਵਿੱਚ ਲਿਖਿਆ, ਕਲਾਮ 'ਚ ਲਿਖਿਆ ਆ, ਪਰਮੇਸ਼ੁਰ ਇੱਥੇ ਇਜ਼ਰਾਇਲ ਦੇ ਨਾਲ ਆਪਣੇ ਲੋਕਾਂ ਨਾਲ ਗੱਲ ਕਰ ਰਿਹਾ ਆ, ਕਹਿੰਦਾ ਆਪਣੇ ਤੰਬੂਆਂ ਨੂੰ ਚੌੜਾ ਕਰ, ਕਿਸੇ ਵੀ ਗੱਲ ਦਾ ਸਰਫਾ ਨਾ ਕਰ। ਇਹਦਾ ਚਾਰ ਵਚਨ ਪੜ੍ਹੀਏ। ਨਾ ਡਰ, ਕਿਉਂ ਜੋ ਤੂੰ ਲੱਜਿਆਵਾਨ ਨਾ ਹੋਵੇਂਗੀ, ਨਾ ਘਬਰਾ, ਕਿਉਂ ਜੋ ਤੂੰ ਸ਼ਰਮਿੰਦੀ ਨਾ ਹੋਵੇਂਗੀ, ਤੂੰ ਤਾਂ ਆਪਣੀ ਜਵਾਨੀ ਦੀ ਲਾਜ ਨੂੰ ਭੁੱਲ ਜਾਵੇਂਗੀ ਅਤੇ ਆਪਣੇ ਰੰਡੇਪੇ ਦੇ ਲੁਲਾਂਬੇ ਨੂੰ ਫੇਰ ਯਾਦ ਨਾ ਕਰੇਂਗੀ। ਤੇਰਾ ਪਤੀ ਤਾਂ ਤੇਰਾ ਕਰਤਾਰ ਹੈ, ਸੈਨਾ ਦਾ ਯਹੋਵਾ ਉਹਦਾ ਨਾਮ ਹੈ, ਤੇਰਾ ਛਡਾਉਣ ਵਾਲਾ ਇਸਰਾਇਲ ਦਾ ਪਵਿੱਤਰ ਪੁਰਖ ਹੈ, ਉਹ ਸਾਰੀ ਧਰਤੀ ਦਾ ਪਰਮੇਸ਼ਰ ਸੱਜਿਆ ਜਾਵੇਗਾ। ਬਾਈਬਲ ਦੇ ਵਿੱਚ ਲਿਖਿਆ ਆ, ਕਲਾਮ ਦੇ ਵਿੱਚ ਲਿਖਿਆ ਆ, ਤੂੰ ਆਪਣੀ ਸਾਰੀ ਸ਼ਰਮਿੰਦਗੀ ਨੂੰ ਵੀ ਕਰੇਗੀ। ਸਰ ਬੋਲੋ ਹਾਲੇਲੂਇਆ, 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 ਸਾਰੀ ਸ਼ਰਮਿੰਦਗੀ ਨੂੰ ਵੀ ਕਰੇਗੀ, ਭੁੱਲ ਜਾਵੇਗੀ। ਹਾਲੇਲੂਇਆ। ਕਹਿੰਦਾ ਨਾ ਡਰ, ਤੂੰ ਲੱਜਿਆਵਾਨ ਨਹੀਂ ਹੋਵੇਗੀ, ਖੁਦਾ ਤੁਹਾਨੂੰ ਸ਼ਰਮਿੰਦੇ ਨਹੀਂ ਹੋਣ ਦੇਵੇਗਾ। ਮੈਂ ਜਿਵੇਂ ਪਹਿਲੇ ਦੱਸਿਆ 7000 ਤੋਂ ਵੱਧ ਵਾਅਦੇ ਜਿਹੜੇ ਆ ਬਾਈਬਲ ਦੇ ਵਿੱਚ ਵਿਸ਼ਵਾਸੀਆਂ ਲਈ ਖੁਦਾ ਨੇ ਦਿੱਤੇ ਹੋਏ ਆ, ਪਰ ਕਈ ਵਾਰ ਜਿਹੜੇ ਵਾਅਦੇ ਪਰਮੇਸ਼ੁਰ ਨੇ ਸਾਡੇ ਨਾਲ ਕੀਤੇ ਨੇ
ਅਸੀਂ ਵਚਨ 'ਚ ਉਹਨਾਂ ਨੂੰ ਪੜ੍ਹਦੇ ਹਾਂ ਜਾਂ ਸੁਣਦੇ ਹਾਂ। ਕਈ ਵਾਰ ਇੱਦਾਂ ਹੁੰਦਾ ਹੈ ਕਿ ਉਹ ਵਾਅਦੇ ਜਿਹੜੇ ਨੇ ਸਾਡੇ ਹਾਲਾਤ ਜਿਹੜੇ ਆ ਉਹਨਾਂ ਵਾਅਦਿਆਂ ਦੇ ਬਿਲਕੁਲ ਉਲਟ ਹੁੰਦੇ। ਹਾਲੇਲੂਇਆ। ਜਿਵੇਂ ਖੁਦਾ ਨੇ ਵਾਅਦਾ ਕੀਤਾ ਕਿ ਤੁਹਾਡੇ ਘਰਾਂ 'ਚ ਰੱਖਣ ਲਈ ਥਾਂ 'ਚ ਹੋਵੇਗਾ, ਥੋੜ੍ਹਾ ਹੋਵੇਗਾ, ਮੈਂ ਇੰਨੀ ਤੁਹਾਨੂੰ ਬਰਕਤ ਦੇਵਾਂਗਾ। ਪਰ ਕਈ ਵਾਰ ਸਾਡੇ ਹਾਲਾਤ ਉਹਦੇ ਵਿਪਰੀਤ ਹੁੰਦੇ ਨੇ, ਉਲਟ ਹੁੰਦੇ ਨੇ, ਓਪੋਜ਼ਿਟ ਹੁੰਦੇ ਨੇ। ਥਾਂ ਤਾਂ ਬਹੁਤ ਹੁੰਦਾ ਪਰ ਖਾਲੀ, ਰੱਖਣ ਲਈ ਕੁਛ ਨਹੀਂ ਹੁੰਦਾ। ਕਲਾਮ ਕਹਿੰਦਾ ਤੁਸੀਂ ਕਰਜ਼ ਲਓਗੇ ਨਹੀਂ ਬਣ ਕੇ ਲੋਕਾਂ ਨੂੰ ਕਰਜ਼, ਲੋਕਾਂ ਨੂੰ ਕਰਜ਼ਾਈ ਬਣਾਓਗੇ। ਪਰ ਕਈ ਵਾਰ ਸਾਡੇ ਹਾਲਾਤ ਉਲਟ ਹੁੰਦੇ ਨੇ, ਅਸੀਂ ਲਈ ਜਾਂਦੇ ਹਾਂ ਅਤੇ ਕਈ ਵਾਰ ਸਾਡੇ ਵਿਆਜ ਵੀ ਦੇ ਨਹੀਂ ਹੁੰਦਾ। ਬਾਈਬਲ ਦੇ ਵਿੱਚ ਲਿਖਿਆ, ਕਲਾਮ ਦੇ ਵਿੱਚ ਲਿਖਿਆ ਆ, ਕਹਿੰਦਾ ਤੈਨੂੰ ਕਿਸੇ ਵੀ ਗੱਲ ਦੀ ਸ਼ਰਮਿੰਦਗੀ ਨਹੀਂ ਹੋਵੇਗੀ, ਖੁਦਾ ਸ਼ਰਮਿੰਦਿਆਂ ਨਹੀਂ ਹੋਣ ਦੇਵੇਗਾ। ਜੇ ਮੈਂ ਰਾਤੀ ਵੀ ਦੱਸ ਰਿਹਾ ਸੀਗਾ, ਵਚਨ ਲਿਖਿਆ ਖੁਦਾ ਕਹਿੰਦਾ ਤੇਰੇ ਵੈਰੀ ਤੇਰੇ ਸਿਰ ਦੇ ਵਾਲਾਂ ਨਾਲੋਂ ਵੀ ਜ਼ਿਆਦਾ ਕਿਉਂ ਨਹੀਂ ਆ, ਇਹ ਵਾਲ ਗਿਣੇ ਨਹੀਂ ਜਾਂਦੇ ਆ, ਅਣਗਿਣਤ ਆ, ਇਹਨਾਂ ਨੂੰ ਗਿਣਿਆ ਨਹੀਂ ਜਾ ਸਕਦਾ। ਆ ਜਿਹੜੇ ਵਿਕ ਬਣਾਉਂਦੇ ਨੇ, ਕਦੇ ਉਹਨਾਂ ਨੂੰ ਪੁੱਛ ਲਓ ਜਾ ਕੇ, ਉਹਨਾਂ ਨੂੰ ਵੀ ਪਤਾ ਨਹੀਂ ਹੋਣਾ ਵਾਲ ਕਿੰਨੇ ਨੇ, ਕਿੰਨੇ ਵਾਲ 'ਚ ਲਾਤੇ ਆ। ਹਾਲੋ ਜੀ, ਬਾਈਬਲ ਜੀ ਕਹਿੰਦਾ ਤੇਰੇ ਵੈਰੀ ਭਾਵੇਂ ਤੇਰੇ ਦੇ ਸਿਰ ਦੇ ਵਾਲਾਂ ਨਾਲੋਂ ਵੀ ਵੱਧ ਕਿਉਂ ਨਹੀਂ ਆ, ਪਰ ਉਹਨਾਂ ਦੇ ਵਿੱਚੋਂ ਇੱਕ ਵੀ ਤੇਰੇ ਉੱਤੇ ਪ੍ਰਬਲ ਨਹੀਂ ਹੋਵੇ। ਹਾਲੇਲੂਇਆ। ਯਹੋਵਾ ਤੇਰੀ ਰਾਖੀ ਕਰੇਗਾ, ਯਹੋਵਾ ਤੇਰੇ ਕਾਰਜਾਂ ਨੂੰ ਸਫਲ ਕਰੇਗਾ, ਯਹੋਵਾ ਤੇਰੇ ਮਨੋਰਥਾਂ ਨੂੰ ਪੂਰਾ ਕਰੇਗਾ। ਹਾਲੇਲੂਇਆ। ਪਰਮੇਸ਼ੁਰ ਦੇ ਵਾਅਦਿਆਂ ਨੂੰ ਐਕਸਪਲੇਨ ਨਹੀਂ ਕਰ ਸਕਦੇ ਅਸੀਂ। ਹਾਲੇਲੂਇਆ। ਐਕਸਪਲੇਨ ਨਹੀਂ ਕੀਤਾ ਜਾਂਦਾ ਕਿ ਜੋ ਖੁਦਾ ਨੇ ਕਿਹਾ ਐਜ਼ ਇਟ ਇਜ਼ ਇਹੀ ਆ। ਹਾਲੇਲੂਇਆ। ਕਈ ਵਾਰ ਖੁਦਾ ਆਪਣੇ ਵਚਨਾਂ ਨੂੰ, ਆਪਣੇ ਵਾਅਦਿਆਂ ਨੂੰ ਸਾਡੀ ਜ਼ਿੰਦਗੀ ਦੇ ਵਿੱਚ ਆਪਣੇ ਤਰੀਕੇ ਦੇ ਨਾਲ ਪੂਰਾ ਕਰਦਾ ਹੈ। ਹਾਲੇਲੂਇਆ। ਆਪਣੇ ਤਰੀਕੇ ਦੇ ਨਾਲ ਕਲਾਮ ਦੇ ਵਿੱਚ ਅਸੀਂ ਦੇਖਦੇ ਹਾਂ ਇਹ ਖੁਦਾ ਦੇ ਵਾਅਦਿਆਂ ਨੂੰ ਸਿਰਫ ਵਿਸ਼ਵਾਸ ਦੇ ਨਾਲ ਲਿਆ ਜਾਂਦਾ ਹੈ। ਹਾਲੇਲੂਇਆ। ਇਹਦੇ 'ਤੇ ਆਰਗੂਮੈਂਟ ਨਹੀਂ ਕੀਤਾ ਜਾਂਦਾ, ਕੋਈ ਸ਼ਰਤ ਨਹੀਂ ਰੱਖੀ ਜਾਂਦੀ ਕਿ ਇੱਦਾਂ ਹੋਵੇ ਅਤੇ ਫਿਰ ਮੈਂ ਇੱਦਾਂ ਕਰਾਂਗਾ। ਕਹਿੰਦੇ ਬਸ ਦੁਆ ਕਰੋ ਫਿਰ ਅਸੀਂ ਚਰਚ ਆਵਾਂਗੇ, ਦੁਆ ਕਰੋ ਇੱਦਾਂ ਹੋ ਜਾਵੇ ਅਤੇ ਫਿਰ ਇੱਦਾਂ ਕਰਾਂਗੇ। ਖੁਦਾ ਦਾ ਕੰਮ ਸ਼ਰਤਾਂ ਨਾਲ ਨਹੀਂ ਚੱਲਦਾ ਹੈ, ਪਰਮੇਸ਼ੁਰ ਦੇ ਕੋਲੋਂ ਸ਼ਰਤਾਂ ਨਾਲ ਕੁਝ ਨਹੀਂ ਲੈ ਸਕਦੇ ਹਾਂ। ਕਲਾਮ 'ਚ ਲਿਖਿਆ ਉਹਦੇ ਵਾਅਦਿਆਂ 'ਤੇ ਵਿਸ਼ਵਾਸ ਕਰੋ। ਕਲਾਮ 'ਚ ਲਿਖਿਆ ਬਾਈਬਲ ਜਗ੍ਹਾ, ਕਿਉਂਕਿ ਆਪ ਵਿਸ਼ਵਾਸ ਯੋਗ ਆ। ਹਾਲੇਲੂਇਆ। ਉਹ ਵਿਸ਼ਵਾਸ ਯੋਗ ਆ। ਹਾਲੇਲੂਇਆ। ਉਹ ਸਾਡੇ ਮੁਸ਼ਕਲ ਪਰੇਸ਼ਾਨੀ ਦੇ, ਸਾਡੀ ਬੇਵਫਾਈ ਦੇ ਹਾਲਾਤਾਂ ਵਿੱਚ ਵੀ ਸਾਡੇ ਨਾਲ ਵਿਸ਼ਵਾਸ ਯੋਗ ਬਣਿਆ ਰਹਿੰਦਾ ਹੈ। ਹਾਲੇਲੂਇਆ। ਵਿਸ਼ਵਾਸ ਦੇ ਨਾਲ ਤੁਸੀਂ ਖੁਦਾ ਦੇ ਕੋਲੋਂ ਲੈ ਸਕਦੇ ਹੋ। ਵਿਸ਼ਵਾਸ ਦੇ ਨਾਲ ਇਜ਼ਰਾਈਲੀਆਂ ਨੇ ਲਾਲ ਸਮੁੰਦਰ ਪਾਰ ਕੀਤਾ, ਵਿਸ਼ਵਾਸ ਦੇ ਨਾਲ ਉਹਨਾਂ ਲਈ ਸਵਰਗ ਤੋਂ ਮੰਨਾ ਵਰਸਿਆ। ਹਾਲੇਲੂਇਆ। ਵਿਸ਼ਵਾਸ ਦੇ ਨਾਲ ਦਾਊਦ ਨੇ ਗੋਲੀਅਤ ਨੂੰ ਹਰਾਇਆ। ਹਾਲੇਲੂਇਆ। ਵਿਸ਼ਵਾਸ ਦੇ ਨਾਲ ਹੰਨਾ ਨੇ ਪਰਮੇਸ਼ੁਰ ਦੇ ਕੋਲੋਂ ਸੈਮੂਅਲ ਲਿਆ। ਬਾਈਬਲ ਦੇ ਵਿੱਚ ਲਿਖਿਆ ਜੈਸਾ ਤੇਰਾ ਵਿਸ਼ਵਾਸ ਹੈ ਵੈਸਾ ਤੇਰੇ ਲਈ ਹੋ ਜਾਵੇਗਾ। ਖੁਦਾ ਦੇ ਕੋਲੋਂ ਉਹਦੇ ਵਾਅਦਿਆਂ ਨੂੰ ਪ੍ਰਾਪਤ ਕਰਨਾ ਹੈ ਤੇ ਸੰਪੂਰਨ ਵਿਸ਼ਵਾਸ ਕਰਨਾ ਪਵੇਗਾ, ਉਹਦੇ ਵਚਨ ਦੇ ਅਨੁਸਾਰ ਚੱਲਣਾ ਪਵੇਗਾ। ਹਾਲੇਲੂਇਆ। ਸਾਡੇ ਹਾਲਾਤ ਭਾਵੇਂ ਇਸ ਬਾਈਬਲ ਦੇ ਵਾਅਦਿਆਂ ਦੇ ਬਿਲਕੁਲ ਵਿਪਰੀਤ ਕਿਉਂ ਨਹੀਂ ਆ, ਉਲਟ ਕਿਉਂ ਨਹੀਂ ਆ, ਪਰ ਕਲਾਮ ਲਿਖਿਆ ਯਸ਼ਾਇਆ ਦੀ ਕਿਤਾਬ ਦੇ ਵਿੱਚ ਉਹ ਪਰਮੇਸ਼ੁਰ ਸਮਿਆਂ ਅਤੇ ਵੇਲਿਆਂ ਨੂੰ ਬਦਲਣ ਵਾਲਾ ਪਰਮੇਸ਼ੁਰ ਹੈ। ਹਾਲੇਲੂਇਆ। ਹਾਲੇਲੂਇਆ। ਬਦਲੇਗਾ, ਜ਼ਰੂਰ ਬਦਲੇਗਾ। ਹਾਲੇਲੂਇਆ। ਕਲਾਮ ਦੇ ਵਿੱਚ ਲਿਖਿਆ ਯੂਸੁਫ ਨੇ ਇੱਕ ਉਦਾਹਰਣ ਦਿੱਤੀ, ਕੋਈ ਮਿੱਤਰ ਅੱਧੀ ਰਾਤ ਦੇ ਵੇਲੇ ਆਪਣੇ ਮਿੱਤਰ ਦੇ ਘਰ ਚਲਾ ਗਿਆ, ਜਾ ਕੇ ਉਹਦਾ ਦਰਵਾਜ਼ਾ ਖੜਕਾਉਣਾ ਸ਼ੁਰੂ ਕੀਤਾ, ਕਹਿੰਦਾ ਇਹ ਦੋਸਤ ਮੇਰੇ ਘਰ ਕੋਈ ਗੈਸਟ ਆ ਗਿਆ ਆ, ਮੈਨੂੰ ਕੁਝ ਰੋਟੀਆਂ ਉਧਾਰੀਆਂ ਦੇ। ਪਰ ਅੰਦਰੋਂ ਆਵਾਜ਼ ਆਈ, ਕਹਿੰਦਾ ਮੈਂ ਆਪਣੇ ਬੱਚਿਆਂ ਦੇ ਨਾਲ ਸੁੱਤਾ ਹੋਇਆ ਆ, ਮੈਂ ਉੱਠ ਨਹੀਂ ਸਕਦਾ ਆ, ਸਵੇਰੇ ਆਈ ਤਾਂ ਜਿੰਨੀਆਂ ਮਰਜ਼ੀ ਲੈ ਦੇ। ਅਤੇ ਕਹਿੰਦੇ ਫਿਰ ਖੜਕਾਉਣਾ ਸ਼ੁਰੂ ਕੀਤਾ, ਉਹ ਕਹਿੰਦਾ ਮੈਂ ਉੱਠ ਨਹੀਂ ਸਕਦਾ ਆ। ਬਾਈਬਲ ਦੇਖਿਆ ਉਹਨੇ ਕੁੰਡਾ ਉਹਦਾ ਫੜਿਆ ਅਤੇ ਤਦ ਤੱਕ ਖੜਕਾਉਂਦਾ ਰਿਹਾ ਜਦ ਤੱਕ ਉਹ ਉੱਠ ਕੇ ਉਹਨੇ ਖੋਲ੍ਹਿਆ ਨਹੀਂ। ਕਹਿੰਦਾ ਇਹ ਦੋਸਤਾ ਮੈਂ ਤੇਰੀ ਦੋਸਤੀ ਦਾ ਕਰਕੇ ਨਹੀਂ ਉੱਠਿਆ ਆ, ਮੈਂ ਤੇਰੇ ਢੀਠ ਪੁਣੇ ਦਾ ਕਰਕੇ ਉੱਠਿਆ। ਹਾਲੇਲੂਇਆ। ਦਾਨੀਅਲ ਤਦ ਤੱਕ ਦੁਆ ਕਰਦਾ ਰਿਹਾ ਜਦ ਤੱਕ ਜ਼ਿਬਰਾਇਲ ਜਵਾਬ ਲੈ ਕੇ ਉਹਦੇ ਸਾਹਮਣੇ ਨਿਕਲ ਹੋ ਗਿਆ। ਹਾਲੇਲੂਇਆ।
हन्ना तद तक दुआ करती रही, मंगती रही, जब तक परमेश्वर ने एली के द्वारा जवाब दुआ जवाब नहीं देता। हालेलुया, मंगते रहना, खुदा दे के फरियाद करते रहना, वो जरूर सुनेगा। बाइबल च लिखा उसका कान एडा भारी नहीं कि तुहाडी सुनेगा, उसका हाथ एडा छोटा नहीं कि तुहाडे तक वधा ना सके। हालेलुया, सुनता है पर कई बार वो साडे सबर नूं वेखदा है, साडी मेहनत नूं वेखदा है, साडी लगन नूं वेखदा कि साडी मेहनत किन्नी खुदा दे विच है, साडी लगन की आ खुदा दे नाल, साडी भगती सिर्फ मतलब की आ, दो चार दिन की आ जां हमेशा दे प्रेम दे लई। हालेलुया, सो खुदा ने शब्दों द्वारा भी तुहानूं बहुत सारी गल करता।